सी न्यूज़ की लाइव कवरेज। जय हिंद। इस करके कि सैवन सी न्यूज़ का मनना कि देश का जिहड़ा संविधान आ सब तो उपर है और देश के संविधान ने सारयां नूं बराबर के हक दिते है और किसी नाल अगर जुल्म हुंदा तो उस दे लई पुलिस बनी हुई है, अदालतां बनिया हुई हैं। पर कई बार इस तरह हो जाता है कि जिस दे नाल जुल्म होया हुंदा उन्हूं इंसाफ नहीं मिल पाता। कई बार इस तरह का ही एक मामला है राहुल कुमार का कहना है कि मेरे ते 12 तरीक नूं 12 जून 2020 नूं जानलेवा हमला हुंदा और मैं उस तो बाद पुलिस स्टेशन दे विच एप्लीकेशन भी दिना और हजे तक जिहड़ी है कार्रवाई कोई उहदी नहीं हो पा रही, उन्हूं इंसाफ जिहड़ा नहीं मिल पा रहा। गल करांगे राहुल दे नाल ही की है सारी गल। राहुल जी कदों तुहाडे ते हमला होया ते की सारी वारदात सीगी? इह जी 12 जून मैं अपने चाचा जी नूं क्रैशर तों लैण जा रहा सीगा, शाम 6:30 दा टाइम सीगा ते इह दयाल चंद सन ऑफ सतपाल, सुरिंदर कुमार सन ऑफ सतीश कुमार, इन्होंने मेरे ते जानलेवा हमला किया, रिवालवर दिखाई, रिवालवर दिखा के मेरी स्कूटरी भी लै गए जो कि चाचा दी सीगी, स्कूटरी मैनू इन्होंने दुकान अपने शोरूम ते लै गए जो कि सैली रोड ते नैशनल टायर है। हमला तुहाडे ते कीहड़ी जगह, तुहानू कीहड़ी जगह रोकिया गया? मैनू इन्होंने जी बेदी बजरी कंपनी रोकिया जी, उत्थे घेरा पाया ते इह मैनू अपने नाल ले जा गए उत्थे शोरूम। शोरूम कित्थे है? शोरूम सैली कुलिया नैशनल टायर। ਠੀਕ ਹੈ। ਹਾਂਜੀ ਰੋਡ 'ਤੇ ਹੀ ਅਤੇ ਇਹਨਾਂ ਨੇ ਮੈਨੂੰ ਉੱਥੇ ਜਾ ਕੇ ਮਾਰਿਆ ਜੀ, ਲੋਹੇ ਦੀਆਂ ਰਾਡਾਂ ਮਾਰੀਆਂ, ਆਹ ਜੀ ਮੇਰੇ ਮੋਢੇ 'ਤੇ ਮਾਰੀ ਦੀ ਆ ਜੀ, ਆਹ ਮੇਰੇ ਪਿੱਛੇ ਬੰਮ 'ਤੇ ਮਾਰੀ ਦੀਆਂ, ਆਹ ਲੱਤਾਂ 'ਤੇ ਮਾਰੀ ਦੀਆਂ, ਇੱਕ ਆਹ ਮੋਢੇ 'ਤੇ ਮਾਰੀ ਦੀ ਜੋ ਕਿ ਮੇਰੇ ਕੋਲ ਹਿੱਲਿਆ ਨਹੀਂ ਜਾ ਰਿਹਾ। ਫਿਰ ਮੈਂ ਇਹਨਾਂ ਨੇ ਮੇਰੇ ਖੋਖਰੀ ਮਾਰਨ ਦੀ ਕੋਸ਼ਿਸ਼ ਕੀਤੀ ਜੋ ਕਿ ਮੈਂ ਆਪਣੇ ਹੱਥ ਨਾਲ ਰੋਕੀ ਅਤੇ ਹੱਥ ਨਾਲ ਖਿੱਚਣ ਨਾਲ ਮੇਰੇ ਆਹ ਜੀ ਲੱਗ ਗਈ, ਕਾਫੀ ਵੱਡਾ ਜ਼ਖਮ ਹੋ ਗਿਆ ਜੀ। ਫਿਰ ਮੈਂ ਜੀ ਇਹਨਾਂ ਕੋਲ ਆਪਣੀ ਕਿਸੇ ਤਰੀਕੇ ਜਾਨ ਬਚਾ ਕੇ ਦੌੜਿਆ ਜੋ ਕਿ ਮੇਰਾ ਸਾਰਾ ਸਮਾਨ, ਮੇਰੀ ਸੈਲਰੀ 10,000 ਰੁਪਇਆ ਮੈਂ ਲਿਆਂਦੀ ਸੀਗੀ ਉਹ ਵੀ ਇਹਨਾਂ ਕੋਲੋਂ। ਮੇਰਾ 10,000 ਰੁਪਇਆ ਸੈਲਰੀ ਤੁਹਾਨੂੰ ਕਿੱਥੋਂ ਮਿਲੀ? ਮੈਂ ਜੀ ਕ੍ਰੈਸ਼ਰ 'ਤੇ ਗੱਡੀ 'ਚ ਚਲਾਉਂਦਾ ਸੀਗਾ। ਕਿਹੜੇ ਕ੍ਰੈਸ਼ਰ 'ਤੇ? ਇਹ ਸੰਤ ਸਟੋਨ ਕ੍ਰੈਸ਼ਰ ਕੇ ਇੱਧਰ ਆਪਣੇ ਟਿੱਪਰੀ ਜੀ ਚਾਚੇ ਨਾਲ ਅਜੇ ਗਿਆ ਸੀਗਾ, ਮੈਂ ਉਹਨਾਂ ਕੋਲ ਐਡਵਾਂਸ ਲਿਆ ਸੀਗਾ। ਐਡਵਾਂਸ ਉਹਨਾਂ ਨੇ ਤੁਹਾਨੂੰ 12 ਤਰੀਕ ਨੂੰ ਦਿੱਤਾ ਸੀਗਾ? ਨਹੀਂ, 3-4 ਦਿਨ ਹੋ ਗਏ ਸੀ ਮੈਨੂੰ ਗੱਡੀ ਚਲਾਉਂਦੇ ਉਹਨਾਂ ਦੀ, ਉਹਨਾਂ ਨੇ ਮੈਨੂੰ ਐਡਵਾਂਸ ਦਿੱਤਾ ਸੀਗਾ, ਮੇਰੇ ਤਾਏ ਦੀ ਬੇਟੀ ਦਾ ਵਿਆਹ ਸੀਗਾ ਇਸ ਕਰਕੇ ਮੈਂ ਐਡਵਾਂਸ ਲਏ ਸੀਗੇ ਪੈਸੇ ਉਸੇ 12 ਤਰੀਕ ਨੂੰ ਹੀ। ਹਾਂਜੀ ਹਾਂਜੀ ਠੀਕ ਹੈ। ਉਸ ਤੋਂ ਬਾਅਦ? ਹਾਂਜੀ ਉਹ ਮੈਂ ਲੈ ਕੇ ਆ ਰਿਹਾ ਸੀ ਅਤੇ ਇਹਨਾਂ ਨੇ ਮੈਨੂੰ ਉੱਥੇ ਘੇਰਿਆ ਸੀਗਾ, ਜਾਨਲੇਵਾ ਹਮਲਾ ਕੀਤਾ, ਦੁਕਾਨ 'ਤੇ ਲਿਆ ਕੇ ਇਹਨਾਂ ਨੇ ਮੈਨੂੰ ਮਾਰਿਆ ਕੁੱਟਿਆ। ਫਿਰ ਇਹਨਾਂ ਨੇ ਮੈਨੂੰ ਲੈ ਗਏ ਉੱਥੇ ਆਪਣੇ ਡਾਕਟਰ ਕੋਲੋਂ, ਇਹ ਪੱਟੀ ਕਰਵਾਉਂਦੇ ਸੀਗੇ ਅਤੇ ਮੈਂ ਉਲੇ ਹੀ ਇਹਨਾਂ ਕੋਲ ਬਚਾ ਕੇ ਦੌੜੇ ਪੈ ਗਿਆ ਸੀ। ਮੈਂ ਦੌੜ ਕੇ ਆਪਣੇ ਚਾਚਾ ਜੀ ਨੂੰ ਫੋਨ ਕੀਤਾ ਅਤੇ ਚਾਚਾ ਜੀ ਮੈਨੂੰ ਲੈ ਕੇ ਆਏ ਜ਼ਖਮੀ ਹਾਲਤ ਵਿੱਚ। ਫਿਰ ਉਹਨਾਂ ਨੇ ਮੈਨੂੰ ਸਿਵਲ ਹੋਸਪਿਟਲ ਲੈ ਕੇ ਗਏ, ਮੇਰਾ ਮੈਡੀਕਲ ਕਰਵਾਇਆ। ਫਿਰ ਮੇਰੇ ਕੋਲ ਤੁਰਿਆ ਨਹੀਂ ਸੀ ਜਾ ਰਿਹਾ, ਫਿਰ ਉਹ ਮੈਨੂੰ ਘਰ ਲੈ ਆਏ। ਫਿਰ ਦੂਸਰੇ ਦਿਨ ਜਾ ਕੇ ਆਟੋ 'ਚ ਲਿਜਾ ਕੇ ਮੈਨੂੰ ਮੇਰੀ FIR ਦਰਖਾਸਤ ਦਿੱਤੀ। ਤੁਸੀਂ ਦਰਖਾਸਤ ਦਿੱਤੀ ਕਿਹੜੇ ਥਾਣੇ 'ਚ? ਇਹ ਡਿਵੀਜ਼ਨ ਨੰਬਰ 2 ਚ ਜੀ। ਠੀਕ ਹੈ। ਹਾਂਜੀ ਫਿਰ ਮੈਂ ਉੱਥੋਂ ਆ ਗਿਆ ਜੀ। ਫਿਰ ਮੈਨੂੰ ਕੋਈ ਉਹ ਨਹੀਂ, ਰਿਆਇਤ ਨਹੀਂ ਮਿਲੇ ਕਰਦੀ ਅਜੇ ਤੱਕ। ਫਿਰ ਮੈਂ SSP ਦੇ ਵੀ ਦਰਖਾਸਤ ਦਿੱਤੀ ਦੀ ਹੈ ਜੀ, ਪਰ ਮੈਨੂੰ ਰੋਜ਼ਾਨਾ ਫੋਨ ਕਰਕੇ ਜੀ ਮੈਨੂੰ ਇਸ ਨੰਬਰ ਤੋਂ ਫੋਨ ਆ ਰਿਹਾ, ਮੈਨੂੰ ਕਹਿ ਰਿਹਾ ਜੀ ਥਾਣੇ ਆਓ ਥਾਣੇ ਆਓ। ਫਿਰ ਤੁਰ ਫਿਰ ਸਕਦੇ ਹੋ? ਨਹੀਂ ਜੀ, ਸਕੰਜੇ ਨਾਲ ਤੁਰਨਾ ਜੀ। ਤੁਹਾਨੂੰ ਦਿਖਾ ਦਈਏ ਜੀ, ਇਹਨਾਂ ਦਾ ਕਹਿਣਾ ਹੈ ਕਿ ਮੈਂ ਇਸ ਸਪੋਰਟ ਦੇ ਨਾਲ ਬਾਥਰੂਮ ਤੱਕ ਜਾਣਾ ਹੁੰਦਾ ਅਤੇ ਇਸ ਸਪੋਰਟ ਦੇ ਨਾਲ ਚੱਲਣਾ। ਔਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ? ਪਰਿਵਾਰ ਦੇ ਵਿੱਚ ਜੀ ਇੱਕ ਮੇਰੀ ਮੰਮੀ ਹੈ ਜੀ ਅਤੇ ਮੇਰਾ ਭਤੀਜਾ ਜੀ। ਕਿਰਾਏ ਹੋਰ ਕੋਈ ਨਹੀਂ ਜੀ? ਨਾ ਜੀ। ਅਤੇ ਮੈਨੂੰ ਇਹ ਦੱਸੋ ਕਿ ਜਿਨ੍ਹਾਂ ਨੇ ਤੁਹਾਡੇ 'ਤੇ ਹਮਲਾ ਕੀਤਾ ਤੁਸੀਂ ਉਹਨਾਂ ਨੂੰ ਪਹਿਲਾਂ ਜਾਣਦੇ ਹੋ ਉਸ ਤੋਂ ਪਹਿਲਾਂ? ਹਾਂਜੀ ਜੀ, ਮੈਂ ਇਹਨਾਂ ਕੋਲੋਂ 8-9 ਮਹੀਨੇ ਪਹਿਲਾਂ ਕੰਮ ਕਰਦਾ ਸੀਗਾ। 9 ਮਹੀਨੇ ਪਹਿਲਾਂ ਤੁਸੀਂ ਇਹਦੇ ਕੋਲ ਕੰਮ ਕਰਦੇ ਸੀ? ਕਾਹਦਾ ਕੰਮ? ਇਹਨਾਂ ਦਾ ਟਾਇਰਾਂ ਦਾ ਕੰਮ ਹੈਗਾ ਜੀ। ਮੈਂ ਉੱਥੇ ਸਾਰਾ ਕੰਮ ਦੇਖਦਾ ਸੀਗਾ। ਇਹ ਮੈਨੂੰ ਤਨਖਾਹ ਨਹੀਂ ਸੀ ਦਿੰਦੇ ਸੀਗੇ, 5,000 ਸੈਲਰੀ ਦਿੰਦੇ ਸੀਗੇ, ਉਹ ਵੀ ਟਾਈਮ ਦੀ ਨਹੀਂ ਸੀ ਦਿੰਦੇ ਅਤੇ ਮੈਂ ਇਹਨਾਂ ਕੋਲ ਕੰਮ ਛੱਡ ਦਿੱਤਾ। ਘੱਟ ਸੈਲਰੀ ਦੇ ਚੱਲਦਿਆਂ ਤੁਸੀਂ ਕੰਮ ਛੱਡ ਦਿੱਤਾ, ਕਾਰਨ ਕੀ ਸੀਗਾ ਛੱਡਣ ਦਾ? ਕਾਰਨ ਇਹੀ ਜੀ, ਸੈਲਰੀ ਨਹੀਂ ਦਿੰਦੇ। ਇਹ ਮੇਰੇ ਮਦਰ ਜੀ ਵੀ ਉਹਨਾਂ ਕੋਲ ਇੱਕ ਵਾਰੀ ਗਏ ਸੀਗੇ ਅਤੇ ਇਹਨਾਂ ਨੂੰ ਕਹਿੰਦੇ ਸੀਗੇ ਵੀ ਮੰਮੀ ਮੇਰੇ ਨੇ ਪੁੱਛਿਆ ਵੀ ਤੁਸੀਂ ਸੈਲਰੀ ਨਹੀਂ ਦਿੰਦੇ, ਵੀ ਇਹ ਪਤਾ ਕਰਨਗੇ ਉੱਥੇ ਕਿ ਸੈਲਰੀ ਮੁੰਡੇ ਦੀ ਕਿਉਂ ਨਹੀਂ ਦਿੰਦੇ। ਹਾਂਜੀ, ਅਤੇ ਇਹਨਾਂ ਨੇ ਪੁੱਛਿਆ ਵੀ ਖਾਣਾ ਕੀ ਆ? ਅੱਗੋਂ ਉਹ ਕਹਿੰਦੇ ਸੀਗੇ ਰੇਤਾ ਬਜਰੀ ਖਾਓ ਜੀ, ਇੱਦਾਂ ਦੀਆਂ ਗੱਲਾਂ ਕਰਦੇ ਸੀਗੇ। ਫਿਰ ਮੈਂ ਕੰਮ ਛੱਡ ਕੇ ਬਾਹਰ ਚੱਲ ਗਿਆ ਗੱਡੀ 'ਤੇ। ਮੇਰੇ ਬ੍ਰਦਰ ਆਇਆ, ਉਹ ਬਿਮਾਰ ਹੋ ਗਏ ਸੀਗੇ ਅਤੇ ਇਹਨਾਂ ਨੇ ਮੈਨੂੰ ਘਰ ਸੱਦ ਲਿਆ। ਮੈਂ ਘਰ ਜਦੋਂ ਆਇਆ ਉਹਨਾਂ ਨੇ ਉੱਥੇ ਥਾਣੇ ਕੰਪਲੇਂਟ ਕਰਕੇ ਪੈਸੇ ਦੇ ਕੇ ਥਾਣੇ ਵਾਲਿਆਂ ਨੂੰ ਅਤੇ ਮੈਨੂੰ ਉੱਥੋਂ ਚੁਕਾਇਆ ਕਰੋ, ਅਤੇ ਉਦੋਂ ਮੈਨੂੰ SHO ਨੇ ਸਾਹਿਬ ਨੇ ਮਾਰਿਆ ਸੀਗਾ। ਇਹ ਪੁਰਾਣੀ ਗੱਲ ਹੈ? ਹਾਂਜੀ। ਕਦੋਂ ਦੀ ਗੱਲ ਹੈ? ਇਹ ਜੀ ਆਪਣੇ ਪਿਛਲੇ ਸਾਲ ਦੀ ਗੱਲ ਹੈਗੀ ਹੈ ਜੀ।
ਠੀਕ ਹੈ ਤੇ ਹੁਣ ਜਿਸ ਲਈ ਉਹਨਾਂ ਨੇ ਤੁਹਾਨੂੰ ਮਾਰਿਆ ਆਪਣੇ ਉੱਥੇ ਲਿਜਾ ਕੇ ਆਪਣੀ ਜਗ੍ਹਾ 'ਤੇ ਅਤੇ ਕੀ ਕਿਹਾ ਉਹਨਾਂ ਨੇ ਤੁਹਾਨੂੰ ਉੱਥੇ ਕੁਛ ਕਿਹਾ ਹੋਏਗਾ ਜਿਸ ਲਈ ਮਾਰਿਆ ਤੁਹਾਨੂੰ? ਹਾਂਜੀ ਉਹ ਮੈਨੂੰ ਕਹਿ ਰਿਹਾ ਜੀ ਤੇਰੇ ਕੋਲ 1,75,000 ਰੁਪਇਆ ਲੈਣਾ ਜੀ, ਪਰ ਮੈਂ 5,000 ਤਨਖਾਹ 'ਤੇ ਕੰਮ ਕਰ ਰਿਹਾ, ਮੇਰਾ ਉਹਦੇ ਕੋਲ ਕੋਈ ਲਿਖਤੀ ਨਹੀਂ ਹੈਗਾ ਵੀ 1,75,000 ਲੈਦਾ ਇਹਨੇ, 5,000 ਰੁਪਇਆ ਸੈਲਰੀ ਹੈ ਅਤੇ 1,75,000 ਕਿਸ ਤਰ੍ਹਾਂ ਲੈ ਲਵਾਂਗਾ ਜੀ ਮੈਂ? ਉਹ ਕਹਿੰਦੇ ਦੇਖੋ 1,00,000 ਕਹਿਣਾ ਕਿ 5,000 ਵੀ ਟਾਈਮ ਦਾ ਨਹੀਂ ਸੀ ਦਿੰਦੇ ਤੇ ਸੈਲਰੀ ਕਿੱਥੋਂ ਆਪਣਾ 1,75,000 ਕਿੱਥੋਂ ਦੇਣਗੇ? ਹਾਂਜੀ ਅੱਜ ਵੀ ਤੁਸੀਂ ਕੋਈ ਪੈਸਾ ਹੋਰ ਕੋਈ, ਚਲੋ ਜਿੱਦਾਂ ਤੁਹਾਨੂੰ ਤੁਸੀਂ ਕਹਿ ਰਹੇ ਹੋ ਕਿ ਇੱਥੋਂ ਮੈਂ 10,000 ਐਡਵਾਂਸ ਲਿਆ, ਉੱਥੋਂ ਕੋਈ ਐਡਵਾਂਸ ਲਿਆ ਹੋਇਆ ਸੀ? ਨਹੀਂ ਜੀ, ਉੱਥੋਂ ਤਾਂ ਮੈਨੂੰ ਤਨਖਾਹ ਵੀ ਨਹੀਂ ਸੀ ਪੂਰੀ ਮਿਲਦੀ ਅਤੇ ਐਡਵਾਂਸ ਕਿੱਥੋਂ ਲੈਣਾ ਜੀ? ਮੈਨੂੰ ਤਨਖਾਹ ਵੀ ਨਹੀਂ ਦਿੰਦੇ। ਅੱਜ ਵੀ ਉਹਨਾਂ ਦੇ ਸ਼ੋਅਰੂਮ 'ਤੇ ਜਾ ਕੇ ਦੇਖ ਲਓ ਜੀ, ਇੱਕੋ ਬਜ਼ੁਰਗ ਬੰਦਾ ਉਹ ਵੀ ਇਹਨਾਂ ਨੇ ਕਿਤੋਂ ਫੜ ਕੇ ਲਿਆਂਦਾ ਉਹ ਕੰਮ ਕਰ ਰਿਹਾ, ਔਰ ਕੋਈ ਇਹਨਾਂ ਕੋਲ ਬੰਦਾ ਕੰਮ ਨਹੀਂ ਕਰਦਾ ਜੀ, ਇਹ ਪੈਸੇ ਨਹੀਂ ਦਿੰਦੇ, ਜਦੋਂ ਕੋਈ ਪੈਸੇ ਮੰਗੇ ਇਹ ਮਾਰਦੇ ਆ। ਮੈਨੂੰ ਪਹਿਲਾਂ ਵੀ ਇਹਨਾਂ ਨੇ 2-3 ਵਾਰੀ ਮਾਰਿਆ ਸੀਗਾ ਦੁਕਾਨ 'ਤੇ, ਇਹਨਾਂ ਦੇ ਕੈਮਰੇ ਲੱਗੇ ਸੀਗੇ, ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਤੁਹਾਡੇ ਕੈਮਰਿਆਂ 'ਚ ਆ ਗਿਆ ਤਾਂ ਮੈਂ ਥਾਣੇ ਜਾ ਕੇ ਦਰਖਾਸਤ ਦੇ ਦਿੰਦੀ ਹਾਂ, ਫਿਰ ਇਹਨਾਂ ਨੇ ਮੈਨੂੰ ਕਿਹਾ ਨਹੀਂ ਕੋਈ ਗੱਲ ਨਹੀਂ, ਫਿਰ ਮੈਂ ਕੰਮ ਕਰਨ ਲੱਗ ਪਿਆ ਸੀਗਾ। ਹੁਣ ਇਹਨਾਂ ਨੇ ਮੇਰੇ 'ਤੇ ਪੂਰਾ ਹੀ ਜਾਨਲੇਵਾ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜੀ। ਤੇ ਫਿਰ ਹੁਣ ਉਸ ਤੋਂ ਬਾਅਦ ਪੁਲਿਸ ਵੱਲੋਂ ਕੀ ਕਾਰਵਾਈ ਹੈ? ਤੁਸੀਂ ਕੋਈ ਰਾਬਤਾ ਕਾਇਮ ਕੀਤਾ ਉਹਦੇ ਨਾਲ ਜਾਂ ਉਹਨਾਂ ਦਾ ਕੋਈ ਫੋਨ ਆਇਆ? ਮੈਨੂੰ ਜੀ ਕੱਲ੍ਹ ਉਹਨਾਂ ਦਾ ਫੋਨ ਆਇਆ ਸੀਗਾ, ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਮੇਰਾ ਜਿਹੜਾ ਸਮਾਨ ਆ ਮੇਰਾ ਜ਼ਬਤ ਕਰੋ, ਬੰਦੇ ਨੂੰ ਲਿਆਓ। ਉਹ ਜੀ ਮੈਨੂੰ ਬਾਰ ਬਾਰ ਟੋਰਚਰ ਕਰ ਰਿਹਾ, ਤੁਸੀਂ ਥਾਣੇ ਆਓ, ਤੁਸੀਂ ਥਾਣੇ ਆਓ, ਮੇਰੀ ਥਾਣੇ ਜਾਣ ਵਾਲੀ ਹਾਲਤ ਨਹੀਂ ਹੈਗੀ, ਮੈਂ ਸਕੰਜੇ ਨਾਲ ਜੀ ਬਾਥਰੂਮ ਤੱਕ ਜਾਣਾ, ਮੇਰੀ ਜਾਣ ਦੀ ਹਾਲਤ ਨਹੀਂ ਹੈਗੀ। ਉਲਟਾ ਮੈਨੂੰ ਫੋਨ ਕਰਕੇ ਕੱਲ੍ਹ ਕਹਿ ਰਹੇ ਸੀਗੇ ਵੀ ਸਵੇਰੇ 10 ਵਜੇ ਆ ਜਾਈ, ਤੇਰੇ 10 ਵਜੇ ਆ ਜਾਈ। ਮੇਰਾ ਸਮਾਨ ਉਹਨਾਂ ਨੇ ਅੱਜ ਤੱਕ ਨਹੀਂ ਉਹਦੇ ਕੋਲ ਬੰਦੇ ਕੋਲ ਬਰਾਮਦ ਕੀਤਾ, ਜਿਹੜਾ ਉਹਨਾਂ ਨੇ ਮੇਰਾ। ਚਲੋ ਉਹ ਤੇ ਪੁਲਿਸ ਦੀ ਕਾਰਵਾਈ, ਉਹ ਪੁਲਿਸ ਕਰੇਗੀ ਕੀ ਬਰਾਮਦ ਕਰਨਾ ਜਾਂ ਕੀ ਤੁਹਾਡਾ ਸਮਾਨ ਹੈਗਾ। ਅਤੇ ਤੁਸੀਂ ਇਹ ਦੱਸੋ ਕਿ ਹੁਣ ਜਿਸ ਵੇਲੇ ਤੁਸੀਂ ਫੋਨ ਲਾਸਟ ਟਾਈਮ ਜਿਸ ਵੇਲੇ ਤੁਹਾਡੀ ਗੱਲ ਹੋਈ ਹੈ ਅਤੇ ਕੀ ਕਿਹਾ ਉਹਨਾਂ ਨੇ ਤੁਹਾਨੂੰ ਥਾਣੇ ਵਾਲਿਆਂ ਨੇ? ਉਹ ਥਾਣੇ ਵਾਲੇ ਇਹੀ ਗੱਲ ਕਹਿ ਰਹੇ ਆ ਜੀ ਤੁਸੀਂ ਥਾਣੇ ਆਓ, ਤੁਹਾਡਾ ਰਾਜੀ ਫੈਸਲਾ ਕਰਵਾਉਂਦੇ ਹਾਂ, ਜਦੋਂ ਕਿ ਮੇਰਾ ਸਮਾਨ ਕੋਈ ਨਹੀਂ ਦੇ ਰਹੇ ਹੋ। ਨਹੀਂ ਪਹਿਲਾਂ ਤਾਂ ਤੁਸੀਂ ਐਪਲੀਕੇਸ਼ਨ ਦਿੱਤੀ ਹੈ, ਪਹਿਲਾਂ ਤਾਂ ਉਹਦੀ ਕਾਰਵਾਈ ਹੋਣੀ ਚਾਹੀਦੀ ਹੈ, ਰਾਜੀਨਾਮਾ ਤੋਂ ਬਾਅਦ ਦੀ ਗੱਲ ਹੈ ਕਿ ਉਹ ਤੁਸੀਂ ਕਰਨਾ ਜਾਂ ਨਹੀਂ ਕਰਨਾ, ਤੁਹਾਡਾ ਰਾਈਟ ਹੈ, ਪੁਲਿਸ ਨੂੰ ਚਾਹੀਦਾ ਇਨਕੁਆਇਰੀ ਕਰੇ। ਦੇਖੋ ਜੀ ਮੇਰੇ ਮੈਂ ਜਾਨਲੇਵਾ ਹਮਲੇ ਦੀ ਐਪਲੀਕੇਸ਼ਨ ਦਿੱਤੀ ਹੋਈ ਹੈ ਅਤੇ ਮੇਰੀ ਕੋਈ ਕਾਰਵਾਈ ਨਹੀਂ ਹੋ ਰਹੀ, ਉਲਟਾ ਮੈਨੂੰ ਕਹਿ ਰਿਹਾ ਵੀ ਤੁਸੀਂ ਥਾਣੇ ਆਓ। ਹੁਣ ਤੁਹਾਡੀ ਪ੍ਰਸ਼ਾਸਨ ਕੋਲੋਂ ਕੀ ਮੰਗ ਹੈ ਇਸ ਲਈ? ਮੇਰੀ ਮੰਗ ਹੈ ਜੀ ਮੇਰੇ ਨਾਲ ਇਨਸਾਫ ਕਰਨ, ਮੇਰੀ ਇੱਕੋ ਮੰਮੀ ਹੈ ਜੀ, ਮੇਰਾ ਭਤੀਜਾ ਜੀ, ਕਿਰਾਏ 'ਤੇ ਮੈਂ ਰਹਿੰਦਾ ਜੀ, ਇਹਨਾਂ ਦਾ ਸਾਰਾ ਦਾਰੋਮਦਾਰ ਤੁਹਾਡੇ 'ਤੇ ਮੇਰੇ 'ਤੇ ਹੈ ਜੀ। ਮੈਂ ਇੱਕ ਇਹਨਾਂ ਦੀ ਰੋਟੀ ਨਹੀਂ ਪੂਰੀ ਹੁੰਦੀ ਅਤੇ ਮੈਂ ਹੋਰ ਕਿੱਥੇ ਚੱਲ ਜਾਵਾਂ, ਇਹਨਾਂ ਨੂੰ 1,75,000 ਕਿੱਥੋਂ ਦਿਆਂ? ਮੈਂ ਇਹਨਾਂ ਕੋਲ ਛੱਡ ਕੇ ਜੀ ਮੈਂ ਆਪਣੇ JK ਟਾਇਰ ਵਾਲਿਆਂ ਕੋਲ ਕੰਮ ਲੱਗ ਗਿਆ ਸੀਗਾ, ਇਹ ਉੱਥੇ ਵੀ ਬਾਰ ਬਾਰ ਆ ਕੇ ਮੈਨੂੰ ਟੋਰਚਰ ਕਰਦੇ ਸੀਗੇ, ਅਸੀਂ ਇਹ ਕਰ ਦੇਣਾ, ਅਸੀਂ ਉਹ ਕਰ ਦੇਣਾ। ਇਹਨਾਂ ਨੇ ਮੇਰੇ ਬ੍ਰਦਰ ਨੂੰ ਵੀ ਧਮਕੀ ਦਿੱਤੀ, ਜੇ ਸਾਡੇ ਪੈਸੇ ਨਹੀਂ ਦਿੱਤੇ ਅਸੀਂ ਇਹਨੂੰ ਮਾਰ ਦੇਣਾ। ਉਹ ਵਿਚਾਰਾ ਇਸ ਤਰ੍ਹਾਂ ਹੀ ਬਿਮਾਰ ਹੋ ਗਿਆ, ਹੁਣ ਉਹਦੀ ਇਹ ਆਪਣੇ ਪਿਛਲੇ ਮਹੀਨੇ ਡੈਥ ਹੋਈ ਹੈ ਜੀ, ਉਹਦੀ ਇਹਨਾਂ ਦੀ ਟੈਨਸ਼ਨ ਨਾਲ ਹੀ ਬਿਮਾਰ ਹੋ ਗਿਆ ਅਤੇ ਉਹਦੀ ਪਿਛਲੇ ਮਹੀਨੇ ਡੈਥ ਹੋ ਗਈ। ਉਹਨਾਂ ਨੂੰ ਵੀ ਇਹਨੇ ਧਮਕੀ ਦਿੱਤੀ ਸੀਗੀ, ਹੁਣ ਮੈਨੂੰ ਵੀ ਬਾਰ ਬਾਰ ਧਮਕੀਆਂ ਦੇ ਰਿਹਾ ਜੀ। ਮੈਂ ਗਰੀਬ ਆਦਮੀ ਹੈ ਜੀ, ਮੈਂ ਤਾਂ ਕੰਮ ਕਰ ਦਿਹਾੜੀ ਲਾ ਕੇ ਰੋਟੀ ਖਾਣੀ ਹੈ, ਮੈਂ ਕਿਰਾਇਆ ਵੀ ਦੇਣਾ ਇਹਨਾਂ ਨੂੰ, ਰੋਟੀ ਵੀ ਦੇਣੀ ਹੈ, ਕੱਲ੍ਹ ਨੂੰ ਮੈਨੂੰ ਕੁਛ ਹੋ ਗਿਆ ਤਾਂ ਇਹਨਾਂ ਦਾ ਕੌਣ ਦੇਖੂਗਾ ਜੀ? ਮੈਨੂੰ ਪ੍ਰਸ਼ਾਸਨ ਕੋਲ ਇਨਸਾਫ ਚਾਹੀਦਾ, ਮੈਨੂੰ ਹੋਰ ਕੁਛ ਨਹੀਂ ਚਾਹੀਦਾ ਜੀ। ਤੇ ਇਹ ਤੁਸੀਂ ਦੇਖ ਸਕਦੇ ਹੋ ਜੀ, ਰਾਹੁਲ ਨੇ ਐਪਲੀਕੇਸ਼ਨ ਵੀ ਦਿੱਤੀ ਹੋਈ ਹੈ, ਮੇਰਾ ਮੈਡੀਕਲ ਹੈ ਜੀ, SSP ਸਾਹਿਬ ਦੇ ਵੀ ਐਪਲੀਕੇਸ਼ਨ ਰਾਹੁਲ ਦੀ ਜਿਹੜੀ ਆ ਉਹ ਗਈ ਹੋਈ ਹੈ, ਔਰ ਤੁਹਾਨੂੰ ਦੱਸ ਦਈਏ ਕਿ ਮੈਡੀਕਲ ਵੀ ਰਾਹੁਲ ਦਾ ਹੋਏਗਾ ਜੀ, ਫੋਟੋ ਸਟੇਟ ਹੈ ਇਹਨਾਂ ਦਾ, ਕਹਿਣਾ ਕਿ ਓਰਿਜਨਲ ਜਿਹੜਾ ਉਹ ਥਾਣੇ ਹੈ ਐਪਲੀਕੇਸ਼ਨ ਦੇ ਨਾਲ ਲੱਗਾ। ਇਹ ਇਹਨਾਂ ਦਾ ਜੀ 12 ਤਰੀਕ ਦਾ ਮੈਡੀਕਲ ਹੋਏਗਾ, ਔਰ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਆ ਉਹ ਐਪਲੀਕੇਸ਼ਨ ਜਿਹੜੀ ਆ ਉਹ ਡਿਵੀਜ਼ਨ ਨੰਬਰ 2 ਦੇ ਵਿੱਚ ਵੀ ਦਿੱਤੀ ਹੈ। ਤੁਸੀਂ ਦੇਖ ਸਕਦੇ ਹੋ ਕਿ ਮਾਨਯੋਗ SHO ਸਾਹਿਬ ਜਿਹੜੀ ਹੈ ਡਿਵੀਜ਼ਨ ਨੰਬਰ 2 'ਚ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਹੈ, ਔਰ ਇਹਨਾਂ ਦਾ ਲਗਾਤਾਰ ਕਹਿਣਾ ਹੈ ਕਿ ਇਹਨਾਂ ਨੂੰ ਫੋਨ ਆ ਰਿਹਾ ਔਰ ਕਿਹਾ ਜਾ ਰਿਹਾ ਕਿ ਤੁਸੀਂ ਥਾਣੇ ਆਓ, ਜਦਕਿ ਇਹ ਕਹਿੰਦੇ ਆ ਕਿ ਮੇਰੇ ਕੋਲ ਤੁਰਿਆ ਨਹੀਂ ਜਾਂਦਾ। ਤੁਸੀਂ ਦੇਖਿਆ ਹੋਏਗਾ ਕਿ ਜਿਹਨੂੰ ਇਹ ਸਕੰਜਾ ਕਹਿ ਰਹੇ ਨੇ ਉਹਦੀ ਸਪੋਰਟ ਨਾਲ ਹੀ ਇਹ ਤੁਰਦੇ ਆ, ਬਾਹਰ ਅੰਦਰ ਉਹਦੇ ਨਾਲ ਜਾ ਸਕਦੇ ਆ ਔਰ ਜ਼ਿਆਦਾ ਲੰਬਾ ਸਫ਼ਰ ਇਹ ਨਹੀਂ ਕਰ ਸਕਦੇ। ਇਹਨਾਂ ਦਾ ਕਹਿਣਾ ਕਿ ਮੋਢੇ 'ਤੇ ਵੀ ਸੱਟ ਲੱਗੀ ਹੋਈ ਆ ਔਰ ਇਹਨਾਂ ਦੇ ਹੱਥ ਦੇ ਉੱਤੇ ਵੀ ਕਾਫ਼ੀ ਲੰਬਾ ਜ਼ਖਮ ਹੈ, ਜੋ ਇਹਨਾਂ ਨੇ ਕਿਹਾ ਕਿ ਖੋਖਰੀ ਦੇ ਨਾਲ ਉਹਨਾਂ ਨੇ ਪੇਟ 'ਤੇ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਰਾਹੁਲ ਨੇ ਅੱਗੋਂ ਹੱਥ ਨਾਲ ਫੜਿਆ ਅਤੇ ਉਹ ਜਿਹੜਾ ਖੋਖਰੀ ਇਹਨਾਂ ਦੇ ਹੱਥ 'ਤੇ ਲੱਗੀ, ਕਾਫ਼ੀ ਲੰਬਾ ਚੌੜਾ ਜ਼ਖਮ ਹੈ ਔਰ ਕਹਿ ਰਹੇ ਕਿ ਪੈਸੇ ਦੀ ਵੀ ਕਿੱਲਤ ਹੈ ਜਿਸ ਕਰਕੇ ਇਲਾਜ ਵੀ ਪ੍ਰੋਪਰ ਨਹੀਂ ਹੋ ਪਾ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਕਿਰਾਏ ਦਾ ਘਰ ਹੈ, ਕਿਰਾਏ 'ਤੇ ਰਹਿ ਰਹੇ ਨੇ ਔਰ ਇਹਨਾਂ ਦਾ ਕਹਿਣਾ ਕਿ ਇਹਨਾਂ ਦੇ ਚਾਚਾ ਜੀ ਨੇ ਇਹਨਾਂ ਨੂੰ ਇਹ ਲੈ ਕੇ ਦਿੱਤਾ ਔਰ ਸਕੂਟੀ ਜਿਹੜੀ ਸੀਗੀ ਉਹ ਚਾਚਾ ਦੀ ਸੀਗੀ ਔਰ ਉਹ ਇਹਨਾਂ ਦਾ ਕਹਿਣਾ ਕਿ ਉਹ ਲੋਨ ਦੇ ਉੱਤੇ ਸੀਗੀ ਉਹ ਸਕੂਟੀ। ਹਾਂਜੀ ਲੋਨ 'ਤੇ ਹੈ ਜੀ। ਅਤੇ ਉਹ ਸਕੂਟੀ ਹਜੇ ਉੱਥੇ ਹੀ ਉਹਨਾਂ ਕੋਲ ਹੀ ਹੈ? ਹਾਂਜੀ ਉਹਨਾਂ ਕੋਲ ਹੈ ਜੀ। ਕਿਸ ਕਲਰ ਦੀ ਸਕੂਟੀ ਹੈ? ਉਹ ਸਿਲਵਰ ਕਲਰ ਦੀ ਹੈ ਜੀ। ਅੱਛਾ ਕਿਹੜੀ ਕੰਪਨੀ? ਇਹ ਐਕਟਿਵਾ। ਐਕਟਿਵਾ ਤੇ ਮਾਤਾ ਜੀ ਕੀ ਨਾਮ
की करा मैं कल्ली मुकुल्ली हूं बच्चा मेरा उगड़ा भी पूरा हो गया। एक बार भी गई मैं पैसे लैने नहीं दिते उन्होंने पैसे के बुढ़ा अगर बुढ़े ने मैं क्या पैसे दो मैं क्या खाना की है कहना बजरी खाओ सियाना बयाना ही मैं कुछ कहा नहीं मैं कहना मैं की खाण सियाने बयाने फिर दूजी तीजी बारी फिर उत्थे लगा फिर मैं गई मैं क्या साई फान बिल ही चौं महीनों का बिल ही साढ़ा आए दा सत्त तीन किराएदार ही अं उ चौं महीनों का बिल आए दी मैं फिर गई अगे बऊए का नहीं ही बुढ़ा ही उत्थे बुढ़े ने मैं क्या मैं बिल तारना चौं महीनों का आए दा सानू दूजे किराएदार तंग करे कहते बिल तारना अं कहता अं कितों दीए पैसे हनी अं पैसे नहीं देने अहे मैं क्या खाना की है कहना बजरी खाओ फिर मैं गई अपने पेके गई उतों ब्याजू मैं 15,000 रुपया चुग के 18,000 रुपया करके तो मैं बिल तार के आई चौह महीनों का बिल सारे का हूँ थोड़ी की मंग है प्रशासन को हूँ मंग ये बगानी स्कूटरी है साड़ी वैसे साढ़े मैं मुड़े का लसंस लसुंस सब कुछ बीच है सानू इंसाफी चाहिए बस ये मेरे बच्चे चोरी छपे वो मार देना मैं मैं यो खतरा भी ये बच्चे मार देना अं कि जाना है एक मेरा पोतरा है बस तो मैं ही हाँ बस हूँ मैं ही की करना मैं भी दिल की मरीज हाँ लत्तां बाहवां मेरिया सुज जांदियां ने ते तुसी देख सकते हो कि एक माँ का दर्द है और इन्हों का कहना है कि इन्हों के बेटे नू कई बारी उन्होंने मारिया और इस बारी तो जानों मारन की उन्होंने जी कोशिश की है और इन्होंने पुलिस डिपार्टमेंट जाके दो नंबर के अपनी एप्लीकेशन भी दर्ज करवाई है जिसका दस रहे हैं कि बार बार उतो एक फोन आ रहा है कि थाने आओ थाने आओ जबकि हो इस तरह भी सकता कि वो इतने आके इन्हों का बयान लै जाए जिस तरह कि होस्पिटल के जो कोई दाखिल होंगे तो पुलिस अमूमन उत्थे जाके बयान दर्ज करती है और उन्होंने बयान के आधार के उत्ते कार्रवाई होंगी है तो हम दस दी कि एक फोन लगातार इन्हों आ रहा कोशिश करा उन्होंने नाल असी गल करन दी कि इन्हों की कह रहे हैं और की कहना चाहते हैं और किस तरह यह कार्रवाई जी है वह अगे वधेगी या राहुल इंसाफ किस तरह मिलेगा असी ट्राई जरूर करेंगे उन्होंने फोन करन दी एक बार गल करा उन्होंने नाल जनाब नाल कि उन्हों का कहना है फोन असी मिला रहे हैं और तुहानू भी नाल नाल असी सुनावांगे की कह रहे ने जनाब जड़े ने हेलो हेलो नमस्कार जी डिवीजन नंबर 2 तो बोल रहे हो जनाब हाँ जी हाँ जी हाँ जी सर एक राहुल कुमार का केस सीगा 12 तारीख नू उत्ते हमला होया सीगा ते उन एक एप्लीकेशन दित्ती सीगी डिवीजन नंबर 2 च 7C न्यूज़ तो गल कर रहा मैं संजीव हेलो 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 लगता नेटवर्क की प्रॉब्लम है एक बार दोबारा ट्राई करांगे एक बार असी दोबारा ट्राई करने की कोशिश करांगे कि गल उनके नाल हो सके ਅਸੀਂ ਦੁਬਾਰਾ ਟਰਾਈ ਕਰ ਰਹੇ ਹਾਂ ਫੋਨ ਨੰਬਰ ਬਿਜ਼ੀ ਆ ਰਿਹਾ ਉਹਨੇ ਚਲੋ ਅਸੀਂ ਦੁਬਾਰਾ ਟਰਾਈ ਕਰਾਂਗੇ ਅਤੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਅਸੀਂ ਡੇਰੀਵਾਲ ਪਿੰਡ ਦੇ ਵਿੱਚ ਹਾਂ ਇਹ ਇੱਕ ਕਿਰਾਏ ਦਾ ਮਕਾਨ ਹੈ ਜਿੱਥੇ ਰਾਹੁਲ ਆਪਣੀ ਮਾਂ ਨਾਲ ਅਤੇ ਆਪਣੇ ਭਤੀਜੇ ਨਾਲ ਰਹਿ ਰਿਹਾ ਔਰ ਇਹਨਾਂ ਦਾ ਕਹਿਣਾ ਹੈ ਕਿ 12 ਤਰੀਕ ਨੂੰ ਇਹਨਾਂ 'ਤੇ ਜਾਨਲੇਵਾ ਹਮਲਾ ਹੋਇਆ ਔਰ ਇਹਨਾਂ ਨੇ ਉਸਦੀ ਸ਼ਿਕਾਇਤ ਜਿਹੜੀ ਹੈ ਡਿਵੀਜ਼ਨ ਨੰਬਰ 2 ਦੇ ਵਿੱਚ ਵੀ ਕਰਵਾਈ ਔਰ ਇਹਨਾਂ ਦਾ ਕਹਿਣਾ ਹੈ ਕਿ ਉਸ ਦਿਨ ਇਹਨਾਂ ਨੂੰ ਐਡਵਾਂਸ ਮਿਲਿਆ ਸੀਗਾ ਜਿਹੜੀ ਇਹਨਾਂ ਨੇ ਨਵੀਂ ਨੌਕਰੀ ਸ਼ੁਰੂ ਕੀਤੀ ਸੀਗੀ ਕ੍ਰੈਸ਼ਰ ਅਤੇ ਡਰਾਈਵਰ ਦੀ ਇੱਥੇ ਇਹਨਾਂ ਦੇ ਚਾਚਾ ਜੀ ਵੀ ਉੱਥੇ ਕੰਮ ਕਰਦੇ ਨੇ ਔਰ ਇਹਨਾਂ ਦੀ ਭੈਣ ਦਾ ਵਿਆਹ ਸੀਗਾ ਜਿਸ ਕਰਕੇ ਇਹਨਾਂ ਨੇ ਉੱਥੋਂ 10,000 ਰੁਪਏ ਐਡਵਾਂਸ ਲਿਆ ਸੀਗਾ ਔਰ ਜੋ ਕਿ ਉਹ ਪੈਸੇ ਵੀ ਇਹਨਾਂ ਕੋਲੋਂ ਖੋ ਲਏ ਗਏ ਇਹਨਾਂ ਦਾ ਪਰਸ ਉਹਦੇ ਵਿੱਚ ਇਹਦਾ ਲਾਇਸੈਂਸ ਔਰ ਸਕੂਟੀ ਇਹਨਾਂ ਦੀ ਸਿਲਵਰ ਕਲਰ ਦੀ ਐਕਟਿਵਾ ਦੀ ਐਕਟਿਵਾ ਸੀ ਆਰ ਸੀ ਵਗੈਰਾ ਸਭ ਕੁਝ ਉਹਦੇ ਸੀਗਾ ਔਰ ਸਕੂਟੀ ਇਹਨਾਂ ਦੇ ਚਾਚਾ ਜੀ ਦੀ ਹੈ ਔਰ ਇਹਨਾਂ ਦਾ ਕਹਿਣਾ ਹੈ ਕਿ ਉਹ ਫੋਨ ਆ ਰਿਹਾ ਸ਼ਾਇਦ ਉੱਥੋਂ ਹੀ ਹੈ ਹੈਲੋ ਹਾਂਜੀ 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 ਜਨਾਬ ਨਮਸਕਾਰ ਮੈਂ ਕਿਹਾ ਸੰਜੀਵ ਗੱਲ ਕਰ ਰਿਹਾ 7C ਨਿਊਜ਼ ਤੋਂ ਸਰ ਰਾਹੁਲ ਕੁਮਾਰ ਦਾ ਕੁਮਾਰ ਨਾਮ ਦਾ ਲੜਕਾ ਹੈ ਉਹਨੇ ਇੱਕ ਐਪਲੀਕੇਸ਼ਨ ਦਿੱਤੀ ਸੀਗੀ ਕਿ 12 ਤਰੀਕ ਨੂੰ ਉੱਤੇ ਜਾਨਲੇਵਾ ਹਮਲਾ ਹੋਇਆ ਤੇ ਸਰ ਉਹਦੇ ਉਹਦੇ ਰਿਗਾਰਡਿੰਗ ਕੀ ਕਾਰਵਾਈ ਅਜੇ ਤੱਕ ਹੋਈ ਹੈ ਜਨਾਬ ਵੱਲੋਂ
सर राहुल का कहना है कि वो ते उठ के बाथरूम भी नहीं जा सकता, उस स्पोर्ट दे नाल जांदा है। देखो भाजी जिहड़ी वो कार्रवाई हुई बयान दे उहदा लिखांगे ना। तो सर एक गुजारिश एक गुजारिश असी करांगे कि तुसी बयान इहदा घर आके भी लै सकदे सीगे। बाकी हुण आएगा ते गल होएगी सामने एक बार बिठावांगे दोनों ने की गल है की सारी गल ते क्लियर फिर होगी ना। ऐसा ने भी बंदे कहते हैं पैसे लैने आई है राहुल कुमार नाल मारकुट आई हुई है, हाथ के उत्ते काफी लंबा चौड़ा जख्म है खोखरी का होया, कहिंदा उन मेडिकल भी करवाया और तुहानू एप्लीकेशन भी दित्ती दी है। ते फिलहाल ते फोन किया दो ढाई घंटे आ रहे हैं। चलो ठीक है नंबर नोट करो। हेलो ना करो ते ए पुलिस मुलाजिम सीगे जेड़े इन्हां नूं लगातार फोन कर रहे सी 82378 88 और नंबर नोट करवाया जा रहा है इस वेले। अगे सर फिलहाल तुहानूं दस दईए कि राहुल कुमार नूं लगातार फोन आ रहा सी, उहनां नाल असीं गल कीती है तो उहनां दा कहना है कि असीं आना सीगा पर साडे कोलों आया नहीं गया। जाहिर तौर दी गल है कि वह बिजी होणगे किते किसे होर केस दे सिलसिले च, पर फिलहाल किते ना किते अज 17 तरीक हो गई है जी, 12 तरीक का मामला होएगा और हजे तक सिर्फ बयानबाजी ही चल रही है कि बयान ले जाएंगे तो उस तो बाद थाने इन्हें बुलाया जा रहा है कि आएंगे तो गल क्लीयर होएगी। जबकि राहुल का कहना है कि उसके कोलों अपने बिस्तर तो उठना भी मुश्किल है, बिना सपोर्ट तो वह तुर फिर भी नहीं सकता। कितना ना कितना सवाल यह है कि जो इन्होंने एक एप्लीकेशन थाने दिती है उस दे आधार के उत्ते की कार्रवाई करनी है ये पुलिस वाले नूं बखूबी पता है, पर कितना ना कितना राहुल का कहना है कि हजे तक मेरी कोई सुनवाई नहीं हो रही। तो जे तुहाडे नाल भी किसी तरह का कोई जुल्म होया और तुहाडी भी आवाज़ जिहड़ी दबी जा रही है तो तुसी भी 7C न्यूज़ नूं कॉन्टैक्ट करो। 7C न्यूज़ का नंबर असी तुहानूं दे दिंदे आ, उस नंबर से तुसी कॉन्टैक्ट करो 9542640001 9542640001 ये नंबर 7C न्यूज़ है। 7C न्यूज़ तुहाडी आवाज़ बनेगा, तुसी अगर तुहाडी आवाज़ दबी जा रही है तो इस नंबर से कॉन्टैक्ट करो तो तुहाडी आवाज़ बनेगा 7C न्यूज़। तुहानूं दस दईए कि इस वेले राहुल दे घर असी मौजूद हैं तो एक बार फिर असी ट्राई करन दी कोशिश करांगे जिहड़ा नंबर उन्होंने सानूं दिता है। फिलहाल तो बिजी आ रहा है
हेलो हेलो जैन सर सर संजीव गल कर रहे हैं सेवन सी न्यूज़ तो सर एक ना राहुल दा केस सीगा राहुल ने एक एप्लीकेशन दित्ती सीगी थाने डिवीजन नंबर दो तो तुहाडे एक मुलाजिम नाल गल हुई है जिहड़े इन्हां नूं फोन कर रहे सी ते उन्होंने तुहाडा नंबर दिता है तो सर वो राहुल का कहने गया जिदा कोई सुनवाई नहीं हुई जी सर वो तुहाडी गल ठीक है पर सर वो कहना कि वह बिस्तर तो उठना भी मुश्किल है क्योंकि वो मार कुटाई हुई है तो वह स्पोर्ट के बेचारा चलता फिर इसलिए तो एक रिक्वेस्ट साड़ी ये सी कि क्या कोई मुलाजिम भेज के ना बयान इतने दर्ज हो सकते थे डेयरी वाले जी ये कहते कि अं अपना एड्रैस ऑलरेडी दे चुके हैं इन्हों हाँ एड्रैस भी इन्होंने दिता हुआ चलन फिलन की हालत च नहीं है मारेगा कहते मेरे को चलिया फिर नहीं जाता जी प्लीज़ सर देखो जो राहुल दे नाल होया है वो बहुत माड़ा है जिस तरह की उन दस्से है श्रीमान जी इन्हें कह लिखाया भी स्कूटरी भी मिली जाएगा और उन्होंने वहीं कल बुलाया स्कूटरी भी ले लिए थे थाने जी उन बयान से यही देगा तो फिर कट्टा दस्से होगा तो सर बयान वही गल है ना कि वो कहना कि मेरे को तुरिया फिरिया नहीं जाता तो बयान में थाने किस तरह जा सकना हाँ तो जे तुहाडा कोई मुलाजिम आ गया इन्हां दे बयान ले ले तो ज़्यादा ईजी हो जाता इहदे वास्ते राहुल वास्ते कोई गल नहीं सर तुसी अपना टाइम लवो कोई दिक्कत नहीं तुहाडे आदमी नूं जिसले टाइम मिलदा मुलाजमां नूं ते तुसी देख लियो सर थैंक यू धन्नवाद सर बहुत बहुत मेहरबानी ते एएसआई साहब का कहना है कि बंदा भेज के इन्हों के बयान जोड़े वो दर्ज किए जाएंगे और 12 तरीक का हमला होगा अज 17 तरीक हो गई तुम दस दिए कि राहुल का कहना कि लगातार हजे तक वो कोई सुनवाई नहीं सी हो रही तो असं एक बार फिर तुम दस दिए कि अगर तुम्हारी भी आवाज़ दबी जा रही है तो सैवन सी न्यूज़ तुम्हारी आवाज़ बनेगा फोन करो 9442640 होर भी खबरां लई वधेरे जानकारी लई साडा यूट्यूब चैनल 7C न्यूज़ सबसक्राइब करो ताकि असी होर भी खबरां नाल तुहानू जाणू करा सकीए कैमरामैन मुनीश दे नाल संजीव मंगोत्रा 7C न्यूज़ डेरीवाल पठानकोट